ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਲੈ ਇੱਕ ਵਾਰ ਇੱਕ ਰਾਜਾ ਰੋਜ਼ ਸੋ ਪੰਡਤਾਂ ਨੂੰ ਲੰਗਰ ਸ਼ਿਕਾਇਆ ਕਰਦਾ ਸੀ ਪਰ ਇੱਕ ਦਿਨ ਕੀ ਹੋਇਆ ਜਦੋਂ ਲੰਗਰ ਸ਼ਿਕਾਇਆ ਤਾਂ ਸਾਰੇ ਦੇ ਸਾਰੇ ਆਕਾਲ ਚਲਾਨੇ ਕਰ ਗਏ ਤਾਂ ਸਵੇਰੇ ਫੇਰ ਲੰਗਰ ਬਣਨ ਲੱਗਾ ਪਰ ਹਰ ਪਾਸੇ ਇਸ ਗੱਲ ਦਾ ਗੁੱਸਾ ਕੀਤਾ ਜਾ ਰਿਹਾ ਸੀ ਇਸ ਗੱਲ ਦਾ ਰੋਜ਼ ਕੀਤਾ ਜਾ ਰਿਹਾ ਸੀ ਪਰ ਨਾਲ ਦੇ ਪਿੰਡ ਕੁਝ ਮੁਨਕ ਆਉਂਦੇ ਤੇ ਦਰਬਾਰੀਆਂ ਨੂੰ ਕਹਿੰਦੇ ਅਸੀਂ ਰਾਜੇ ਦੇ ਬਾਰੇ ਬੜੀ ਪ੍ਰਸ਼ੰਸਾ ਸੁਣੀ ਬੜਾ ਵੱਡਾ ਧਾਨੀ ਰੋਜ਼ ਲੰਗਰ ਸ਼ਿਕਾਉਂਦੇ ਸਾਨੂੰ ਦੱਸੋ ਕਦੋਂ ਕੋ ਲੰਗਰ ਤਿਆਰ ਕੀਤਾ ਜਾਵੇਗਾ ਪਰ ਉਧਰੋਂ ਜਾ ਧਰਮਰਾਜ ਤੇ ਉਹਦੇ ਜੰਦੂਤ ਇਹ ਲੱਭਦੇ ਫਿਰਦੇ ਨੇ ਕਿ ਗਲਤੀ ਕਿਸ ਦੀ ਸੀ ਜੋ ਸਭੇ ਆਕਾਲ ਚਲਾਨੇ ਕਰਗੇ ਇਹਨੇ ਨੂੰ ਅਸਮਾਨ ਵੱਲ ਦੇਖਦੇ ਇੱਕ ਅਸਮਾਨ ਜਦੋਂ ਵੱਲ ਦੇਖਦੇ ਨੇ ਤੇ ਦੇਖਦੇ ਨੇ ਕਿ ਉੜਦਾ ਪੰਛੀ ਆਪਣੇ ਮੂੰਹ ਵਿੱਚ ਸੱਪ ਲੈ ਕੇ ਆ ਰਿਹਾ ਸੀ ਉਹ ਮੂੰਹ ਵਿੱਚੋਂ ਨਿਕਲਣ ਕਾਰਨ ਥੱਲੇ ਡਿੱਗ ਪਿਆ ਤੇ ਉਹ ਸਾਰਾ ਪ੍ਰਸ਼ਾਦਾ ਤਿਆਰ ਹੋ ਰਿਹਾ ਸੀ ਉਸ ਕਾਰਨ ਇਹ ਸਭ ਆਕਾਲ ਚਲਾਣੇ ਕਰ ਗਏ ਨੇ ਨਿਰਣਾ ਹੋਇਆ ਫੈਸਲਾ ਹੋਇਆ ਵੀ ਸਪੋਲੀਏ ਦਾ ਸਾਰਾ ਕੀਤਾ ਕਰਾਇਆ ਇੱਕ ਜਣਾ ਕਹਿੰਦਾ ਸਪੋਲੀਏ ਤਾਂ ਪਹਿਲਾਂ ਹੀ ਆਕਾਲ ਚਲਾਣੇ ਕਰ ਗਿਆ ਸੀ ਉਹਨੂੰ ਜਿਹੜਾ ਮਰਜੀ ਚੁੱਕਦਾ ਉਸ ਵਿੱਚ ਉਹਦੀ ਕੀ ਗਲਤੀ ਇੱਕ ਨੇ ਕਿਹਾ ਵੀ ਬਾਜ ਦੀ ਗਲਤੀ ਉੱਥੇ ਸਭਾ ਵਿੱਚ ਬੈਠੇ ਇੱਕ ਜਣਾ ਕਹਿੰਦਾ ਮੂੰਹ ਖੋਲ ਕੇ ਥੱਲੇ ਲਿਗੇ ਉਹਦੇ ਵਿਚਾਰੇ ਦੀ ਕੀ ਗਲਤੀ ਫਿਰ ਕਿਹਾ ਪ੍ਰਸ਼ਾਦਾ ਬਣਾਉਣ ਵਾਲੇ ਦੇ ਸਿਰ ਪਾਦ ਵੋਈ ਗਲਤੀ ਫਿਰ ਇੱਕ ਜਣਾ ਬੋਲਿਆ ਵੀ ਉਹਨੂੰ ਤਾਂ ਪਤਾ ਹੀ ਨਹੀਂ ਸੀ ਉਹਨੇ ਤਾਂ ਐਵੀ ਭੋਜਨ ਬਣਾ ਦਿੱਤਾ ਹੁਣ ਗੱਲ ਸੀ ਵੀ ਇਹ ਗਲਤੀ ਕਿਸੇ ਲਾਈ ਜਾਵੇ ਰਾਜੇ ਸਿਰ ਲਾਦਵ ਤਾਂ ਸਭਾ ਵਿੱਚੋਂ ਇੱਕ ਖੜਾ ਹੋ ਕੇ ਕਹਿੰਦਾ ਜਿਸ ਸੇਠ ਬੜਾ ਦਾਨੀ राजा बड़ा दानी रोज सब नंगर छका हमेशा माली मदद भी कर आप गलती नहीं मर सकते एक बार ओदे ओर करम तो फिर की किता चावी? ओ जो मनो खाए से लंगर छकन उस समय बोले भी कदों लंगर बनेगा एक दरबारी ने पूछा की करना आयो क्या भी प्रशादा छकना है दरबारी ने कहा भले पल, पुरखो प्रशादा ना छको ਇਹ ਰਾਜਾ ਬੜਾ ਪਾਪ ਖਾਟ ਰਿਹਾ ਇਹਦੇ ਪ੍ਰਸ਼ਾਦੇ ਨੇ ਤਾਂ ਕੱਲ ਵਾਰੇ ਪ੍ਰਸ਼ਾਦੇ ਨੇ ਸਭ ਕਲ ਚਲਾਣੇ ਕਰਵਾ ਦਿੱਤੇ ਨੇ ਇਹ ਜਦੋਂ ਕਿਹਾ ਨਾਲ ਦੇ ਨਾਲ ਜਮ ਜੋਸਰ ਉਹ ਕਹਿੰਦੇ ਧਰਮਰਾਜ ਜੀ ਇਹ ਜੋ ਦਰਬਾਰੀ ਹੈ ਨਾ ਇਹਦੇ ਸਿਰੇ ਗਲਤੀ ਪਾਦ ਧਰਮਰਾਜ ਕਹਿੰਦੇ ਇਹਦੇ ਤੇ ਕਿਉਂ ਤਾਂ ਜਮ ਨੇ بڑے ਠਹਿਰਾਵ ਨਾਲ ਕਿ ਇਹਨੇ ਨਿੰਦਿਆ ਚੁਗਲੀ ਕੀਤੀ ਪਾਚਾ ਜਬਜੀ ਸਾਹਿਬ ਵਿੱਚ ਕਹਿੰਦੇ ਨੇ ਜੋ ਨਿੰਦਿਆ ਕਰਦਾ ਸਾਹਮਣੇ ਵਾਲੇ ਦੇ ਪਾਪ ਫਿਰ ਨਿੰਦਿਆ ਕਰਨ ਵਾਲੇ ਤੇ ਹੀ ਆ ਜਾਂਦੇ ਨੇ ಕುಜ ಸಮ ಸಜಾ ನಿ ಮಿಲಿ ವೆಕ್ಕಾಗ್ ಮಾಡಿ ಗಲ್ಲಾಗು ಜೀ ಸಾನುಕ್ಮೇವಿ ನಿಂದಿಂದ